ਸੋ ਦੋਸਤੋ ਭਾਈ ਏਬੀ ਮੋਟਰਸ ਤੇ ਬਹੁਤ ਤਗੜਾ ਕਾਰ ਬਾਜ਼ਾਰ ਆ ਸਾਰੀਆਂ ਇੱਥੇ ਲਗਜ਼ਰੀ ਕਾਰੀ ਤੁਹਾਨੂੰ ਜ਼ਿਆਦਾ ਮਿਲੂਗੀਆਂ ਤੇ ਸਾਹਮਣੇ ਫਿਰੋਜ਼ਪੁਰ ਰੋੜਾ ਦੇਖ ਸਕਦੇ ਹੋ ਇਹ ਬਿਲਕੁਲ ਨਾਲ ਹੀ ਆ ਸਰਾਭਾ ਨਗਰ ਦੇ ਵਿੱਚ ਪੈ ਜਾਂਦੇ ਆਪਣਾ ਏਬੀ ਮੋਟਰਸ ਤੇ ਅੰਦਰ ਵੀ ਥਾਣੇ ਤੁਹਾਨੂੰ ਪਹਿਲਾਂ ਬਾਹਰਲੀਆਂ ਗੱਡੀਆਂ ਦਿਖਾਈਏ ਤੁਹਾਨੂੰ ਪਹਿਲਾਂ ਇੱਥੇ ਬਾਹਰ ਆਪਣੇ ਕੋਲ ਚਾਰ ਗੱਡੀਆਂ ਖੜੀਆਂ ਪਹਿਲੀ ਗੱਡੀ ਹੈਗੀ ਆਪਣੇ ਕੋਲ ਮਰਸੀਡੀਜ਼ ਇਹ ਤੋਂ ਸ਼ੁਰੂ ਕਰਦੇ ਹਾਂ ਤੇ ਆ ਭਾਜੀ ਨੇ ਭਾਜੀ ਕੀ ਨਾਮ ਹੈ ਆਪਣਾ ਗਜਿੰਦਰ ਸਿੰਘ ਤੇ ਇਹ ਭਾਜੀ ਸਾਨੂੰ ਡਿਟੇਲ ਦਊਗੇ ਸਾਰੀ ਗੱਡੀਆਂ ਦੀ ਤੇ ਪਹਿਲੀ ਗੱਡੀ ਸ਼ੁਰੂ ਕਰਦੇ ਹਾਂ ਇਹ ਕੌਨਸੀ ਗਾੜੀ ਹੈ ਪਹਿਲੇ ਇਹ ਕਲਾਸ ਮਰਸੀਡੀਜ਼ ਕੌਨਸੀ ਇਹ ਕਲਾਸ ਮਰਸੀਡੀਜ਼ ਤੇ ਬਹੁਤ ਵਧੀਆ ਗਾਈਸ ਕੰਡੀਸ਼ਨ ਆ ਗੱਡੀ ਦੀ ਕਿੰਨਾ ਮਾਡਲ ਹੈ ਇਸਕਾ 2013 ਮਾਡਲ ਦਾ ਗਾਈਸ ਤੇ ਪਿੱਛੋਂ ਦੇਖ ਲਓ ਤੁਹਾਨੂੰ ਹੁਣ ਇਹਦੀ ਅੰਦਰੋਂ ਕੰਡੀਸ਼ਨ ਦਿਖਾਈਏ ਸੋ ਗਾਈਸ ਆ ਵਿੱਚੋਂ ਦੇਖ ਸਕਦੇ ਤੁਸੀਂ ਗੱਡੀ ਆਪਣੀ ਪੂਰੀ ਐਨ ਵਧੀਆ ਕੰਡੀਸ਼ਨ ਆ ਗੱਡੀ ਦੀ ਸੋ ਦੇਖ ਸਕਦੇ ਵਿੱਚੋਂ ਵੀ ਪੂਰੀ ਵਧੀਆ ਕੰਡੀਸ਼ਨ ਆ ਰੂਫ ਵਗੈਰਾ ਬੈਠਾ ਨਹੀਂ ਇਹਨੂੰ ਕੋਈ ਵੀ 49 ਸਮਥਿੰਗ ਕੋਈ ਚੱਲੀ ਹੋਈ ਆ 50,000 ਹੀ ਲੱਗੀ ਚੱਲੀ ਹੋਈ ਆ ਲਾਲੂ ਸਾਹਿਬ ਅਤੇ ਇਹ ਗੱਡੀ ਦੀ ਕੰਡੀਸ਼ਨ ਆ ਪੂਰੀ ਦੇਖ ਸਕਦੇ ਹੋ ਅਤੇ ਜੇ ਤੁਸੀਂ ਇਹ ਗੱਡੀ ਦਾ ਰੇਟ ਪੁੱਛਣਾ ਆ ਤੁਸੀਂ ਸਾਨੂੰ ਭਾਅ ਜੀ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਨੰਬਰ ਤੁਹਾਨੂੰ ਪਾ ਦਾਂਗੇ ਡਿਸਕ੍ਰਿਪਸ਼ਨ 'ਚ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਵਗੈਰਾ ਦੇਖ ਸਕਦੇ ਹੋ ਸੋ ਅਗਲੀ ਹੈਗੀ ਆਪਣੇ ਕੋਲ BMW ਜੈੱਟ ਬਲੈਕ ਆ ਪੂਰੀ ਕੌਨ ਸੀ ਹੈ ਜੇ ਗਾੜੀ BMW 520 BMW ਅਤੇ ਸ਼ੀਸ਼ੇ ਵੀ ਪੂਰੇ ਕਾਲੇ ਨੇ ਪੂਰੀ ਗੈਂਗਸਟਰ ਗੱਡੀ ਆ ਇਹ ਕੌਨ ਸਾ ਮਾਡਲ ਆ ਇਹ 2009 ਸੋ ਦੋਸਤੋ ਇਹ 2009 ਮਾਡਲ ਆ ਜੀ ਪੂਰਾ ਵਧੀਆ ਕੰਡੀਸ਼ਨ ਆ ਟਾਇਰ ਵਗੈਰਾ ਦੇਖ ਸਕਦੇ ਹੋ ਇਹਦੇ ਨੰਬਰ ਵਗੈਰਾ ਪੂਰਾ ਐਨ ਘੈਂਟ ਆ ਜੀ ਅਤੇ ਟਾਇਰ ਵਗੈਰਾ ਦੇਖ ਸਕਦੇ ਹੋ ਅਤੇ ਵਿੱਚੋਂ ਤੁਹਾਨੂੰ ਦਿਖਾ ਦਈਏ ਵਿੱਚੋਂ ਵੀ ਪੂਰੀ ਐਨ ਵਧੀਆ ਕੰਡੀਸ਼ਨ ਹੈਗਾ ਇਸ ਗੱਡੀ ਦੀ ਵਿੱਚੋਂ ਕੰਡੀਸ਼ਨ ਦੇਖ ਸਕਦੇ ਤੁਸੀਂ ਇਹ ਕਿਤਨਾ ਚੱਲੀ ਹੋਈ ਹੈ 60,000 ਸੋ ਦੋਸਤੋ 60,000 ਗੱਡੀ ਚੱਲੀ ਹੋਈ ਹੈ ਫਸਟ ਹੈਂਡ ਆ ਇੰਸ਼ੋਰੈਂਸ ਵਗੈਰਾ ਇੰਸ਼ੋਰੈਂਸ ਖਤਮ ਉਸਕੀ ਵੀ ਖਤਮ ਆ ਅੱਛਾ ਵਿਦਆਊਟ ਇੰਸ਼ੋਰੈਂਸ ਆ ਅਤੇ ਇਸ ਗਾੜੀ ਕਾ ਕਿਆ 2012 ਮਾਡਲ ਰੇਂਜ ਰੋਵਰ ਸਪੋਰਟਸ ਮਾਡਲ ਹੈ 2012 ਮਾਡਲ ਕਿਤਨਾ ਚੱਲਾ ਹੋਊਗਾ 78 ਪਿੱਛੋਂ ਦੇਖ ਸਕਦੇ ਹੋ ਰੇਵਰ ਨੂੰ ਬਹੁਤ ਸੋਹਣੇ ਨੇ ਇਹਦੇ ਸੋ ਬਹੁਤ ਵਧੀਆ ਕੰਡੀਸ਼ਨ ਆ ਗੱਡੀ ਬਹੁਤ ਵਧੀਆ ਕੰਡੀਸ਼ਨ ਆ ਗਈ ਅਤੇ ਅੱਗੇ ਦੇਖ ਸਕਦੇ ਤੁਸੀਂ ਪੂਰੀ ਨੀਟ ਐਂਡ ਕਲੀਨ ਆ ਗੱਡੀ ਸੋ ਅਗਲੀ ਗਾੜੀ ਕੌਣ ਸੀ ਆ ਅਗਲੀ ਗਾੜੀ 2014 ਮਾਡਲ ਦਾ ਕਿਤਨਾ ਚੱਲਾ ਹੋਊਗਾ 44,000
ये डायरेक्ट लोकेशन कहाँ पर है इसकी आपके कार बाजार की? एबी मोटर्स की। हाँ एबी मोटर्स की। ये लोकेशन कौन सी पड़ती है? ये सराबा नगर। सराबा नगर पड़ लो ध्यान, सराबा नगर। सराबा नगर साथ ही फिरोजपुर रोड जा रहा है। सराबा नगर एच ब्लॉक। एस ब्लॉक। एच 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 ब्लॉक। रोड है। सो गाइज आ होने की OD Q7 गुरुद्वारा रोड दे कोले आ लोकेशन। पिछो ये भी पूरी नीट एंड क्लीन पई हुई है, गड्डी पूरी केयर की हुई है। कौन सा मॉडल था ये? 2014। सो पिछो देख सकते पूरी एंड नीट एंड क्लीन है, 2014 मॉडल था। इसका क्या कितना चली हुई है जी? 44,000 गई चली हुई गड्डी पूरी। कर दो बंद कर दो, दिखा दो गई कंडीशन पूरी एंड ओके आ। ट्रिपल रूफ आँदी है, इनू अगे पैनोरामिक आँदी है, पिछे सिंपल रूफ आँदी है। ये 2015। सो दोस्तों अगली गड्डी हैगी, कौन सी गाड़ी अगली बार? वेंटो। वेंटो कितना मॉडल है? 2015 मॉडल। इसकी कंडीशन देख सकते हो वेंटो दी। सो विचो तुम सारी खोलना भैया। सो विचो कंडीशन है नीट एंड क्लीन गड्डी दी। सो विचो कितना चली हुई है ये? 79 80,000 ਦੇ ਨੇੜੇ ਤੇੜੇ ਗਈ ਚੱਲੀ ਹੋਈ ਹੈ ਗੱਡੀ ਆ। ਇਹ ਅਗਲੀ ਕੌਣ ਸੀ ਆ? BMW 2011 ਮਾਡਲ। 2011 ਮਾਡਲ ਕੌਣ ਸੀ ਸੀਰੀਜ਼ ਆ ਇਹ? 520 ਸੀਰੀਜ਼ ਆ। ਨਵੇਂ ਮਾਡਲ ਮੈਂ 2011 ਮਾਡਲ ਨਵੇਂ ਮਾਡਲ ਮੈਂ। ਹਾਂਜੀ ਇਹ ਹੋ ਜਾਏਗੀ ਲੋਨ? ਇਹ ਹੋ ਜਾਏਗੀ। ਅੱਛਾ ਸੋ ਗਈ ਦੀਦੀ ਕੰਡੀਸ਼ਨ ਵਧੀਆ ਆ, ਕਲਰ ਘੈਂਟ ਆ ਇਹਦਾ ਗੱਡੀ ਦਾ। ਤੁਹਾਨੂੰ ਹੁਣ ਵਿੱਚੋਂ ਦਿਖਾਈਏ ਕਿਤਨਾ ਚਲੀ ਹੋਈ ਹੈ ਜੀ? 80,000 ਸੋ ਇਹਦੇ ਵਿੱਚੋਂ ਦੇ ਸਕਦੇ ਹੋ ਗੱਡੀ। ਰੂਫ ਲੱਗੀ ਹੋਈ ਹੈ। डीजल है ना? डीजल। सो गाइस अगली गड्डी तुम जी दिखा लगे बहुत घैंट गड्डी है, OD A6 है गाइस गड्डी। तो यदि कंडीशन देख सकते हो, गड्डी का नंबर भी एन घैंट है पूरा। कौन सा मॉडल है जी? 2016 मॉडल। कितना चली हुई है? 38 के करीब। सो ही दे सकते हो मीटर है। कंडीशन दे सकते हो जी? अंदर इंटीरियर। सो आई बिचो तुम दिखाइए गड्डी। आप बोलिए मतलब इसको दबाओ आप बाहर आए। अच्छा सो आई दे सकते हो, बहुत वाली कंट्रोल लगे नाल ही गाने चल पे अपने, पर रूफ लगी हुई नाले घंटा पूरा काम गई सिरा गड्डी है, बहुत वाली गड्डी गई पूरी घंट कंडीशन आई थी।